ਹੋਟਲ 'ਚ ਅਸੀਂ ਠਹਿਰੇ ਸੀਗੇ, ਹੁਣ ਜਾ ਰਹੇ ਹਾਂ ਅੱਗੇ ਕਾਰਗਿਲ ਨੂੰ, ਲੇਹ ਨੂੰ। ਜੇ ਤੁਹਾਨੂੰ ਉੱਥੋਂ ਦੇ ਨਜ਼ਾਰੇ ਦਿਖਾਵਾਂਗੇ। ਤਿਆਰੀ ਆ, ਹੁਣ ਗੱਡੀਆਂ ਗੋਲਡ ਸਟਾਰਟ ਕਰਤੀਆਂ ਨੇ। ਹਾਂਜੀ, ਦਰਾਸ ਤੋਂ ਨਿਕਲ ਕੇ ਪਹੁੰਚ ਚੁੱਕੇ ਹਾਂ ਕਾਰਗਿਲ। ਕਾਰਗਿਲ ਹੈਗਾ ਇਹ ਵਾਰ ਮੈਮੋਰੀਅਲ, ਕਾਰਗਿਲ ਵਾਰ ਮੈਮੋਰੀਅਲ ਬਣਾਇਆ ਹੋਇਆ ਇੱਥੇ ਅੰਦਰ ਸ਼ਹੀਦਾਂ ਦੀ ਯਾਦ ਵਿੱਚ, ਜਿਹੜੇ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਸੀਗੇ। ਅਤੇ ਕਾਰਗਿਲ ਦੀ ਵਾਰ ਇੱਥੇ ਐਗਜੈਕਟ ਇਸ ਪੁਆਇੰਟ 'ਤੇ ਨਹੀਂ ਹੋਈ ਸੀਗੀ, ਉਹ ਥੋੜ੍ਹੀ ਪਿੱਛੇ ਥੋੜ੍ਹੀ ਦੂਰ ਉਹ ਪਹਾੜਾਂ 'ਤੇ ਹੋਈ ਸੀ। ਉਹ ਜਿਹੜੇ ਇਹਦੇ ਵਾਰ ਮੈਮੋਰੀਅਲ ਦੀ ਬੈਕ ਸਾਈਡ 'ਤੇ ਪਹਾੜ ਨੇ, ਉਹਨਾਂ ਦੇ ਬੈਕ ਸਾਈਡ 'ਤੇ ਅੱਗੇ ਜਾ ਕੇ ਉਹ ਪਹਾੜਾਂ ਤੋਂ ਅੱਗੇ ਜਾ ਕੇ ਬਾਰਡਰ ਹੈ, ਉੱਥੇ ਹੋਈ ਸੀ ਉਹ ਜੰਗ। ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ, ਆਪ ਵੀ ਦੇਖਦੇ ਅੰਦਰ ਜਾ ਕੇ। ਹਾਂਜੀ, ਅੰਦਰ ਆ ਗਏ ਹਾਂ ਜੀ। ਉਹ ਦੇਖੋ, ਉੱਥੇ ਐਂਟਰੀ ਹੁੰਦੀ ਹੈ ਆਧਾਰ ਕਾਰਡ ਨਾਲ, ਅਤੇ ਉਸ ਤੋਂ ਬਾਅਦ ਅੰਦਰ ਆਉਣ ਦਿੱਤਾ ਜਾਂਦਾ ਸਾਰਿਆਂ ਨੂੰ। ਇੱਥੇ ਖੜਾ ਕੇ ਪਹਿਲਾਂ ਸਾਨੂੰ ਸਾਰਾ ਕੁਛ ਦੱਸਣਗੇ, ਇੱਥੋਂ ਦੀ ਜਾਣਕਾਰੀ ਦੇਣਗੇ, ਫਿਰ ਸਾਨੂੰ ਅੱਗੇ ਜਾਣ ਦੇਣਾ ਇਹਨਾਂ ਨੇ। ਅੱਗੇ ਸਾਰਾ ਹੀ ਉਹ ਸ਼ਹੀਦਾਂ ਦੀਆਂ ਤੁਹਾਨੂੰ ਦਿਖਾਉਂਦੇ ਹਾਂ ਯਾਦਗਾਰਾਂ। ਹਾਂਜੀ, ਆਹ ਦੇਖੋ ਜੀ, ਇਹ ਸਮਾਧਾਂ ਬਣੀਆਂ ਹੋਈਆਂ ਉਹਨਾਂ ਦੀਆਂ, ਯਾਦਗਾਰਾਂ ਬਣੀਆਂ ਹੋਈਆਂ ਜਿਹੜੇ ਸ਼ਹੀਦ ਹੋਏ ਸੀ, ਜਿੰਨੇ ਸ਼ਹੀਦ ਹੋਏ ਸੀ ਇੱਥੇ। ਇਹਦੇ ਉੱਥੇ ਸਾਨੂੰ ਨੇੜੇ ਨਹੀਂ ਜਾਣ ਦਿੱਤਾ ਜਾਂਦਾ, ਇੱਥੇ ਬੰਦ ਰਸਤਾ ਬੰਦ ਕੀਤਾ ਹੋਇਆ ਇਹਨਾਂ ਨੇ। ਆਹ ਵੇਖੋ ਬਾਕੀ ਸਾਰਾ ਪਾਰਕ, ਅਤੇ ਇੱਕ ਇੱਧਰ ਬਣਿਆ ਹੋਇਆ ਉਹਨਾਂ ਦਾ ਅੰਦਰ, ਜਿੱਥੇ ਹਥਿਆਰ ਵਗੈਰਾ ਰੱਖੇ ਹੋਏ ਆ, ਮੈਮੋਰੀਅਲ ਬਣਿਆ ਹੋਇਆ ਉਹ ਸਾਹਮਣੇ ਕਮਰਾ, ਉੱਥੇ ਅੰਦਰ ਵੀਡੀਓ ਨਹੀਂ ਬਣਾਉਣ ਦਿੱਤੀ ਜਾਂਦੀ। ਇੱਥੋਂ ਦੇ ਵਿਊ ਦੇਖ ਲਓ, ਅਤੇ ਹੁਣ ਚੱਲਦੇ ਹਾਂ ਇਸ ਤੋਂ ਬਾਅਦ ਅੱਗੇ ਆਪਾਂ। ਹਾਂਜੀ, ਵਾਰ ਮੈਮੋਰੀਅਲ ਨੂੰ ਕਰਕੇ ਬਾਏ ਬਾਏ, ਅਤੇ ਹੁਣ ਚੱਲਦੇ ਹਾਂ ਲੇਹ ਵੱਲ ਨੂੰ, ਬਣੇ ਰਹੋ ਐਂਡ ਤੱਕ ਵਲੌਗ ਵਿੱਚ। ਅਤੇ ਸੋਹਣੇ ਸੋਹਣੇ ਵਿਊ ਵੇਖਣ ਲਈ ਇਹ ਹਰਿਆਲੀ ਦੇਖ ਲਓ, ਅੱਗੇ ਤੁਹਾਨੂੰ ਹਰਿਆਲੀ ਨਹੀਂ ਦਿਖਣੀ। ਹਾਂਜੀ, ਅਸੀਂ ਜਿਵੇਂ ਜਿਵੇਂ ਹੁਣ ਅੱਗੇ ਵੱਧਦੇ ਜਾਵਾਂਗੇ, ਆ ਦੇਖੋ ਹਰਿਆਲੀ ਆ ਖਤਮ ਹੁੰਦੀ ਜਾਣੀ ਆ, ਅਤੇ ਅੱਗੇ ਆ ਪਹਾੜ ਜਿਹੜੇ ਨੇ ਇਹ ਬਸ ਰੇਗਿਸਤਾਨ ਵਰਗੇ ਹੀ ਆਉਣੇ ਨੇ ਹੁਣ, ਖੰਡਰ ਜੇ ਬੰਜਰ ਜੇ, ਪਰ ਸੋਹਣੇ ਬਹੁਤ ਲੱਗਦੇ ਨੇ ਦੇਖਣ ਨੂੰ, ਬਿਊਟੀਫੁੱਲ। ਦੇਖੋ ਸੁੰਦਰਤਾ, ਦੇਖੋ ਲੱਦਾਖ ਦੀ ਕਿੰਨੇ ਸੁੰਦਰ ਵਿਊ ਨੇ, ਦੇਖ ਕੇ ਦਿਲ ਖੁਸ਼ ਹੋ ਜਾਂਦਾ, ਬਾਗ ਬਾਗ ਹੋ ਜਾਂਦਾ ਦਿਲ, ਕਿੰਨੇ ਮਨਮੋਹਕ ਨਜ਼ਾਰੇ ਨੇ।
ਲੇਹ ਦੇ ਵਿੱਚ ਤਿੱਬਤੀਆਂ ਦਾ ਰਾਜ ਹੈ, ਪਹਿਲਾਂ ਵੀ ਸੀ ਹੁਣ ਵੀ ਆ। ਜਿਵੇਂ ਬੁੱਧ ਆਪਣੇ ਉੱਥੇ ਨੇ ਹਰਵਾਲਸਰ, ਉਹ ਤਿੱਬਤੀ ਇਹ ਨੇ। ਇਹ ਚੀਨ ਦੇ ਕਰਕੇ ਤਿੱਬਤੀ ਪਹਿਲਾਂ ਬਹੁਤ ਵੱਡਾ ਹੁੰਦਾ ਸੀ ਇੰਡੀਆ ਵੀ, ਤੇ ਇਹਨਾਂ ਦੇ ਹੁਣ ਜਿੱਥੇ ਜਿੱਥੇ ਮੇਨ ਥਾਵਾਂ ਨੇ ਉੱਥੇ ਉੱਥੇ ਮੇਨ ਇਹਨਾਂ ਦੇ ਗ੍ਰੰਥੀ ਬੈਠੇ, ਮੰਨ ਲਓ ਮੇਨ। ਹਾਂ, ਉਹ ਜੇ ਕੋਈ ਫੈਸਲਾ ਲੈਣਾ ਇਹਨਾਂ ਨੇ ਉੱਥੇ ਬਹਿ ਕੇ ਲੈਣਾ। ਮੈਡੀਟੇਸ਼ਨ ਕਰਨੀ ਹੈ ਜਾਂ ਕੁਛ ਹੋਰ ਕਰਨਾ ਜਾਂ ਬੜਾ ਕੁਛ। ਉਹ ਦੇਖੋ ਸਾਹਮਣੇ ਵਾਲਾ ਪਹਾੜ ਦੇਖੋ ਕਿੱਡਾ ਸੋਹਣਾ ਲੱਗਦਾ, ਕਿੰਨੇ ਸੋਹਣੇ ਵਿਊ ਨੇ, ਆਨੰਦ ਹੀ ਆ ਜਾਂਦਾ ਦੇਖ ਕੇ ਇਹਨਾਂ ਦੇ। ਦੇਖੋ ਜੀ ਦੇਖੋ ਕਿੰਨੇ ਸੋਹਣੇ ਰਸਤੇ ਨੇ, ਕਿੰਨੇ ਸੋਹਣੇ ਪਹਾੜ ਨੇ, ਅਲੱਗ ਅਲੱਗ ਤਰ੍ਹਾਂ ਦੇ, ਸਾਰੇ ਅਲੱਗ ਅਲੱਗ ਤਰ੍ਹਾਂ ਦੇ, ਇੱਕ ਤਰ੍ਹਾਂ ਦੇ ਨਹੀਂ, ਕੋਈ ਵੀ ਨਹੀਂ ਹੈਗੇ। ਉਹ ਪਿੱਛੇ ਹੋਰ ਤਰ੍ਹਾਂ ਸੀ, ਆਹ ਹੋਰ ਤਰ੍ਹਾਂ ਦੇ ਨੇ, ਉਹ ਹੋਰ ਤਰ੍ਹਾਂ ਦੇ, ਪਰ ਉਹ ਉੱਤੇ ਬੱਦਲ ਦੇਖੋ ਜਿਵੇਂ ਥੱਲੇ ਨੂੰ ਵਗ ਹੀ ਰਹੇ ਨੇ, ਹੁੰਦੇ ਨੇ, ਬਾਰਿਸ਼ ਹੋ ਰਹੀ ਹੁੰਦੀ ਜਿਵੇਂ, ਪਰ ਉੱਥੇ ਬਾਰਿਸ਼ ਨਹੀਂ ਹੋ ਰਹੀ, ਵੈਸੇ ਬੱਦਲ ਇੱਦਾਂ ਹੋਏ ਹੋਏ, ਪਰ ਆਸਾਰ ਕਾਫੀ ਲੱਗ ਰਹੇ ਨੇ ਬਾਰਿਸ਼ ਦੇ। ਹੁਣੇ ਪਿੱਛੇ ਧੁੱਪ ਸੀਗੀ, ਆਹ ਦੇਖਦਿਆਂ ਦੇਖਦਿਆਂ ਬੱਦਲ ਹੋ ਰਿਹਾ ਕਾਫੀ। ਦੇਖੋ ਨਜ਼ਾਰੇ ਪਹਾੜਾਂ ਦੇ, ਲੱਦਾਖ ਦੇ, ਉਹ ਪਰੇ ਬਰਫ਼ ਪਈ ਚੋਟੀਆਂ 'ਤੇ। ਨਿਮਕਾਲਾ ਟੋਪ ਹੈ ਜੀ, ਪੜ੍ਹ ਲਓ ਸਾਰਾ ਕੁਛ ਇੱਥੇ। ਲਓ ਜੀ ਲਓ, ਦੇਖੋ ਕਿੰਨੇ ਸੋਹਣੇ ਸੋਹਣੇ ਪਹਾੜ ਨੇ। ਆਹ ਦੇਖੋ ਪਹਾੜ ਵਿੱਚ ਜਿਵੇਂ ਵੱਖਰਾ ਹੀ ਖੜਾਇਆ ਹੁੰਦਾ ਪਿੰਡ, ਦੇਖੋ ਪਹਾੜਾਂ ਵਿੱਚ ਰੇਗਿਸਤਾਨ ਵਿੱਚ ਹਰਿਆ ਭਰਿਆ ਪਿੰਡ ਵਸਿਆ ਹੋਇਆ। ਅੱਗੇ ਕਿਤੇ ਰੁਕ ਕੇ ਤੁਹਾਨੂੰ ਇਹਦਾ ਪਿੰਡ ਦਾ ਵੀ ਨਜ਼ਾਰਾ ਦਿਖਾਉਂਦੇ ਹਾਂ, ਨਾਲ ਦਿਖਾਵਾਂਗੇ ਤੁਹਾਨੂੰ, ਕੋਸ਼ਿਸ਼ ਕਰਦੇ ਹਾਂ। ਵੈਦਰ ਦੇਖੋ ਕਿੱਡਾ ਸੋਹਣਾ ਆ, ਡਰੋਨ ਵਿਊ ਦਿਖਾਉਂਦੇ ਹਾਂ ਤੁਹਾਨੂੰ, ਇਹਦੇ ਡਰੋਨ ਰਾਹੀਂ ਦਿਖਾਵਾਂਗੇ ਤੁਹਾਨੂੰ ਕਿੰਨਾ ਸੋਹਣਾ ਏਰੀਆ ਆ ਸਾਰਾ ਹੀ। ਥੋੜ੍ਹੇ ਜਿਹੇ ਸ਼ੋਟ ਲੈਂਦੇ ਹਾਂ ਹੁਣ, ਇਹ ਦੁਬਾਰਾ ਡਰੋਨ ਦੇ ਕਿੱਥੇ ਇੱਥੇ ਕਿੱਥੇ ਰੁਕਦੇ ਹਾਂ ਵਧੀਆ ਜਿਹੀ ਜਗ੍ਹਾ ਦੇਖ ਕੇ। ਉਹ ਦੇਖੋ ਕਿੰਨੇ ਵਧੀਆ ਉੱਤੇ ਬੱਦਲ ਹੋਏ ਆ, ਉਹ ਪਹਾੜ ਦੀ ਚੋਟੀ 'ਤੇ ਬਰਫ਼ ਪਈ ਆ, ਥੱਲੇ ਸਾਰੇ ਹੀ ਸੁੱਕੇ ਸੁੱਕੇ ਪਹਾੜ ਨੇ, ਉਦੋਂ ਥੱਲੇ ਕਿੰਨੀ ਹਰਿਆਲੀ ਆ, ਪਿੰਡ ਵਸਿਆ, ਕਿੰਨਾ ਸੋਹਣਾ, ਕਿੰਨੇ ਸੋਹਣੀ, ਕਿੰਨੀ ਸੋਹਣੀ ਕੁਦਰਤ ਆ, ਕਿਆ ਹੀ ਨਜ਼ਾਰੇ ਨੇ, ਵੱਖਰੇ ਹੀ ਆਨੰਦ ਹੀ ਆਨੰਦ। ਲਓ ਜੀ ਰੁਕ ਗਏ ਹਾਂ ਅਸੀਂ ਆ ਸੋਹਣੇ ਜੇ ਇੱਕ ਪਿੰਡ ਦੇ ਕੋਲ, ਕਾਫੀ ਵੱਡਾ ਵੀ ਲੱਗ ਰਿਹਾ ਦੇਖਣ ਨੂੰ, ਆਬਾਦੀ ਠੀਕ ਠਾਕ ਵਧੀਆ ਹੈਗੀ ਆ, ਅਤੇ ਵਿਊ ਦੇਖੋ ਕਿੱਡੇ ਸੋਹਣੇ ਨੇ ਆ, ਉੱਤੇ ਸਾਰੇ ਹੀ ਖੰਡਰ ਨੇ। ਆ ਥੱਲੇ ਦੇਖੋ ਪਾਣੀ ਵਗਦਾ, ਕਿੰਨਾ ਸੋਹਣਾ ਪਾਣੀ ਵਗਦਾ, ਸਾਫ਼ ਸੁਥਰਾ, ਕਿੰਨੀ ਸੋਹਣੀ ਖੇਤੀ ਕੀਤੀ ਹੋਈ ਲੋਕਾਂ ਨੇ ਇੱਥੇ, ਕਿੰਨਾ ਸੋਹਣਾ ਪਿੰਡ ਬਣਾਇਆ, ਜਿਵੇਂ ਕਿ ਤੁਹਾਡੇ ਨਾਲ ਵਾਅਦਾ ਕੀਤਾ। ਤੁਹਾਨੂੰ ਰੁਕ ਕੇ ਡਰੋਨ ਵਿਊ ਦਿਖਾਉਂਦੇ ਹਾਂ, ਇਹਦੇ ਡਰੋਨ ਸ਼ਾਟ ਦਿਖਾਉਂਦੇ ਥੋੜ੍ਹੇ ਜਿਹੇ, ਇਹਦੇ ਨਾਲ ਤੁਹਾਨੂੰ ਜ਼ਿਆਦਾ ਵਧੀਆ ਦਿਖੇਗਾ। ਉਹ ਦੇਖੋ ਸਿੱਧਾ ਰਸਤਾ ਕਿਵੇਂ, ਉਹ ਪਹਾੜ ਦੇ ਵਿੱਚ ਸੈਂਟਰ 'ਚੋਂ ਜਾਂਦਾ ਪਿੰਡ ਦਿਓ, ਅਤੇ ਹੁਣ ਦੇਖੋ ਡਰੋਨ ਦੇ ਸ਼ਾਟ ਅਤੇ ਆਨੰਦ ਮਾਣੋ।
ਜੀ ਉਮੀਦ ਹੈ ਤੁਹਾਨੂੰ ਡਰੋਨ ਸ਼ਾਟ ਬਹੁਤ ਸੋਹਣੇ ਲੱਗੇ ਹੋਣਗੇ। ਅੱਗੇ ਵੀ ਬਹੁਤ ਸੋਹਣੇ ਸੋਹਣੇ ਪਹਾੜ ਆਉਣੇ ਨੇ, ਬਹੁਤ ਵਧੀਆ ਜਗ੍ਹਾ ਆਉਣੀਆਂ ਨੇ। ਅੱਗੇ ਇੱਕ ਮਨਿਸਟਰੀ ਆਉਣੀ ਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਸ਼ੇਅਰ ਕਰੋ ਦੱਬ ਕੇ, ਹੋਰਾਂ ਤੋਂ ਵੀ ਸਬਸਕ੍ਰਾਈਬ ਕਰੋ, ਲਾਈਕ ਕਰਾਓ, ਲਾਈਕ ਕਰੋ, ਕਮੈਂਟ ਕਰੋ, ਵਧੀਆ ਵਧੀਆ ਸੋਹਣੇ ਸੋਹਣੇ। ਅਤੇ ਬਣੇ ਰਹੋ ਅਗਲੇ ਵਲੌਗ 'ਚ ਵੀ, ਅੱਗੇ ਆਉਣ ਵਾਲੇ ਵਲੌਗਾਂ 'ਚ ਵੀ ਬਹੁਤ ਸੋਹਣੇ ਸੋਹਣੇ ਵਿਊ ਦਿਖਾਵਾਂਗੇ ਤੁਹਾਨੂੰ।